सेवा ते भावना का जो निश्चा कर लैंदा उसनों चाहे किन्नियां भी मुश्किलों का सामना क्यों ना करना पवे पर वो इन्हां मुश्किलों के नाल टकरा के भी अगे वध जांदा ते लोकां दी सेवा करन लई अगे वधदा। अजिहा ही एक शख्स मेरे नाल इत्थे मौजूद है रजिंदर सिंह जो कि बोलण दे विच चाहे उन्हां नूं थोड़ी जी दिक्कत आउंदी है ते पर उन्हां दे वल्लों एक स्कूटर नूं अपने दो पहिया वाहन नूं ही एंबूलेंस का रूप दे दिता गया है। जो रजिंदर सिंह है होले महल्ले दे विच लोकां दी सेवा कर रहे ने अपने एंबूलेंस जो उन्हां दे वल्लों तैयार की गई दो पहिया वाहन ते उहदे नूं लै के लोकां दे विच विचरदे ने उन्हां दीआं मुश्किलां सुणदे ने ते उन्हां दी जो मदद भी कर रहे ने जिन्हां दे नाल उन्होंने दवाइयां रखियां होईयां ने। मेले दे दौरान एक छोटी जी एंबूलेंस है जो कि लोगों दीआं बहुत सारियां मुश्किलां भी दूर करदे ने असीं उन्हां दे नाल गल करदे हां। सत श्री अकाल सर। सत श्री अकाल जी। सर ये जिहड़ी तुसीं एंबूलेंस तैयार कीती है किन्ने कु लोगों के काम आ रहे हैं? ਇਹ ਭਾਅ ਜੀ ਲੱਖਾਂ ਹੀ ਲੋਕਾਂ ਦੇ ਕੰਮ ਆ ਚੁੱਕੀ ਹੈ ਜੀ। ਮੈਂ ਇਹ 5 ਸਾਲ ਹੋ ਗਏ ਆ ਇਹਨੂੰ ਤਿਆਰ ਕੀਤੀ ਹੂੰ। ਉਹ ਡਾਕਟਰ ਸਾਹਿਬ ਦੇ ਕਹਿਤੇ ਸੀ, ਡਾਕਟਰ ਸਾਹਿਬ ਦੇ ਅਧੀਨ ਮੈਂ ਕੰਮ ਕਰਦਾ ਪਿਆ, ਡਾਕਟਰ ਕੱਗ ਦੇ ਅਧੀਨ, ਅਤੇ ਉਹਨਾਂ ਦੇ ਕਹਿਤੇ ਆਪਾਂ ਇਹ ਤਿਆਰ ਕੀਤੀ ਹੈ ਅਤੇ ਇਹਦੇ ਮੈਂ ਲੱਖਾਂ ਹੀ ਲੋਕਾਂ ਦੀ ਜਾਨ ਬਚਾ ਚੁੱਕਿਆ ਹਾਂ ਮੈਂ। ਜਿਵੇਂ ਕਿ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਇਹੋ ਜਿਹੇ ਪੇਸ਼ੈਂਟ ਹੁੰਦੇ ਆ ਜੇ ਇਹ PGI ਤੋਂ ਇਲਾਜ ਹੁੰਦਾ ਹੈਗਾ ਵੀ ਉਹ ਘਰੇ ਹੁੰਦੇ ਆ, ਬੈਡ ਦੇ ਹੁੰਦੇ ਆ, ਉਹ ਕਿਤੇ ਚੱਕਾ ਖਿਲ ਨਹੀਂ ਸਕਦੇ। ਮੈਂ ਪਤਾ ਘਰ ਜਾ ਕੇ ਇਲਾਜ ਕਰ ਦਿੰਦਾ ਮੈਂ ਅਤੇ ਹੌਲੇ ਦੇ ਵਿੱਚ ਵੀ ਉਹ ਜਿਵੇਂ ਹਮੇਲੇ ਦੇ ਵਿੱਚ ਕੋਈ ਵੀ ਐਕਸੀਡੈਂਟ ਵਗੈਰਾ ਹੁੰਦਾ ਹੈ ਜਾਂ ਕੋਈ ਵੀ ਘਟਨਾ ਹੁੰਦੀ ਹੈ ਆਪਾਂ ਉੱਥੇ ਫਰੀ ਆਫ ਕੋਸਟ ਆਪਾਂ ਸੇਵਾ ਕਰ ਰਹੇ ਇਸ ਵੇਲੇ। ਇਹ ਜਜ਼ਬਾ ਆਇਆ ਕਿੱਥੋਂ, ਕਿਹਨਾਂ ਨੂੰ ਦੇਖ ਕੇ ਤੁਹਾਨੂੰ ਇਹ ਪ੍ਰੇਰਣਾ ਮਿਲੀ ਕਿ ਤੁਹਾਨੂੰ ਇੱਦਾਂ ਸ਼ੁਰੂ ਕਰਨਾ ਚਾਹੀਦਾ ਮੇਲੇ ਦੇ ਵਿੱਚ ਜਿਵੇਂ ਕਿ ਲੋਕਾਂ ਨੂੰ ਮੁਸ਼ਕਿਲ ਆ ਰਹੀਆਂ, ਕਿਵੇਂ ਤੁਸੀਂ ਸੋਚਿਆ? ਮੈਮ ਇਸ ਵੇਲੇ ਮੈਂ 5 ਸਾਲ ਪਹਿਲੇ ਮੈਂ ਗੀਤ ਵੀ ਸਾਹਿਬ ਇੱਕ ਕਿਤੇ ਫਕਸ਼ ਦੇ ਗਿਆ ਸੀਗਾ ਜੀ। ਮੈਂ ਇੱਕ ਫੰਕਸ਼ਨ 'ਤੇ ਗਿਆ ਸੀਗਾ ਜੀ ਅਤੇ ਉੱਥੇ ਮੈਂ ਵਾਪਸੀ ਆਇਆ ਹੈਗਾ। ਮੈਂ ਇਕੱਲੀ ਐਕਟਿਵਾ ਖਾਲੀ ਸੀਗੀ, ਮੇਰੇ ਕੋਲ ਕੁਛ ਨਹੀਂ ਹੈਗਾ, ਮਤਲਬ ਇਹ ਅੱਗੇ ਇੱਕ ਐਕਸੀਡੈਂਟ ਹੋਇਆ ਸੀਗਾ ਅਤੇ ਉਹ ਐਕਸੀਡੈਂਟ ਮੇਰੇ ਕੋਲ ਕੋਈ ਇਹੋ ਜਿਹਾ ਸਾਧਨ ਨਹੀਂ ਹੈਗਾ ਜਿਹਦੇ ਮੈਂ ਲੜਕੇ ਉਹ ਬਚਾ ਸਕਾਂ ਅਤੇ ਮੇਰੇ ਦਿਲ ਦੇ ਬਹੁਤ ਠੇਸ ਪਹੁੰਚੀ। ਫਿਰ ਉਸ ਤੋਂ ਬਾਅਦ ਇੱਕ ਮੇਰਾ ਫਰੈਂਡ ਹੈ USA, ਫਿਰ ਮੈਂ ਉਹਦੇ ਨਾਲ ਗੱਲਬਾਤ ਕੀਤੀ, ਮੈਂ ਇਹ ਗੱਲ ਹੈ ਵੀ ਮੈਂ ਇਲਾਕੇ ਵਾਸਤੇ ਕੁਛ ਕਰਨਾ ਚਾਹੁੰਦਾ ਹਾਂ ਅਤੇ ਇਹੀ ਗੱਲ ਮੈਂ ਡਾਕਟਰ ਸਾਹਿਬ ਬੋਲੀ ਹੈ ਅਤੇ ਉਹ ਇਲਾਕਾ ਕਹਿੰਦਾ ਤੂੰ ਐਵੇਂ ਕਹਾ ਵੀ ਯੂਟਿਊਬ 'ਤੇ ਵੀ ਐਵੇਂ ਵੀ ਸਰਚ ਹੁੰਦਾ ਹੈਗਾ ਵੀ ਤੂੰ ਮਾਰ ਕੇ ਦੇ ਅਤੇ ਮੈਂ ਯੂਟਿਊਬ 'ਤੇ ਸਰਚ ਮਾਰਿਆ ਨਾ ਮੈਂ ਇੱਦਾਂ ਐਕਟਿਵਾ ਦੇ ਐਂਬੂਲੈਂਸ ਵਾਲੇ ਮਤਲਬ ਉਹ ਵੀ ਦੱਸਿਆ ਹੈਗਾ ਅਤੇ ਉਸ ਤੋਂ ਬਾਅਦ ਫਿਰ ਮੈਂ ਡਾਕਟਰ ਨਾਲ ਗੱਲ ਕੀਤੀ ਅਤੇ ਡਾਕਟਰ ਨੇ ਦੱਸਿਆ ਵੀ ਹਾਂ ਕੋਈ ਗੱਲ ਨਹੀਂ ਵੀ ਆਪਾਂ ਤੁਹਾਡੇ ਨਾਲ ਹੈ ਵੀ ਤੁਸੀਂ ਆ ਕੇ ਤੁਸੀਂ ਆਪਾਂ ਕੰਮ ਕਰ ਦਿਓ ਅਤੇ ਜਿਹਦੇ ਵਿੱਚੋਂ ਕੁਛ ਮੈਂ ਉਹ ਹਮੇ ਤੋਂ ਲੜਕੀਆਂ ਦਿੱਤੀਆਂ ਅਤੇ ਕਾਫੀ ਹਮੇ ਨੇ ਮੈਂ ਉਹ ਡਾਕਟਰ ਨਾਲ ਦਿੱਤੀਆਂ ਅਤੇ ਮੈਂ ਇਹ ਮੁਕਾਮ 'ਤੇ ਪਹੁੰਚ ਗਿਆ। ਤੁਸੀਂ ਦੱਸਿਆ ਕਿ ਡਾਕਟਰ ਸਾਹਿਬ ਨੇ ਤੁਹਾਡੀ ਕਾਫੀ ਮਦਦ ਕੀਤੀ, ਤੁਹਾਨੂੰ ਹਿੰਮਤ ਦਿੱਤੀ ਹੈ, ਕਿਹੜੇ ਹਸਪੀਟਲ ਦੇ ਵਿੱਚ ਤੁਸੀਂ ਕੰਮ ਕਰਦੇ? ਮੈਂ ਸ਼੍ਰੀ ਗੁਰੂ ਤੇਗ ਬਹਾਦਰ ਮਲਟੀ ਸਪੈਸ਼ਲਿਟੀ ਹਸਪੀਟਲ ਵਾਦਮ ਸ਼ਾਮ ਡਾਕਟਰ ਕਾਗੇ ਦੇ ਹਸਪੀਟਲ ਕੰਮ ਕਰਦਾ ਹਾਂ। ਤੇ ਕੀ ਐਂਬੂਲੈਂਸ ਦੇ ਵਿੱਚ ਕਿਹੋ ਜਿਹੀਆਂ ਦਵਾਈਆਂ, ਕਿਹੋ ਜਿਹਾ ਸਮਾਨ ਰੱਖਿਆ ਹੋਇਆ ਤੁਸੀਂ? ਇਹਦੇ ਵਿੱਚ ਇੱਕ ਜੇ ਆਪਾਂ ਸੂਈ ਲਗਾਉਂਦੇ ਆ ਗਲੂਕੋਜ਼ ਵਾਸਤੇ, ਉਹ ਸੂਈ ਤੋਂ ਲੈ ਕੇ ਆਕਸੀਜਨ ਤੱਕ ECG ਮਸ਼ੀਨ ਤੱਕ ਮੇਰੇ ਕੋਲ ਸਭ ਕੁਛ ਅਵੇਲੇਬਲ ਹੈਗਾ ਜੀ। ਕਿੰਨੇ ਦਿਨਾਂ ਤੋਂ ਸ਼ੁਰੂ ਹੋਏ ਪਏ ਹੋ ਤੁਸੀਂ, ਕਿੰਨੇ ਦਿਨਾਂ ਤੱਕ ਇਹ ਸੇਵਾ ਦੇ ਰਹੇ ਹੋ? ਇਹ ਮੈਂ ਅੱਜ 5 ਦੇ ਹੋ ਗਏ ਆ ਜੀ ਅਤੇ ਅੱਗੇ ਵੀ ਜਦੋਂ ਤੱਕ ਵਿਸਾਖੀ ਤੱਕ ਮੈਂ ਕੰਮ ਚੱਲੇਗਾ ਪਿਆ, ਵਿਸਾਖੀ ਤੱਕ ਮੈਂ ਫਰੀ ਆਫ ਕੋਸਟ ਸੇਵਾ ਕਰਾਂਗਾ। ਲਗਾਤਾਰ ਬਿਲਕੁਲ ਮੁਫਤ 'ਚ ਸੇਵਾ ਕਰਦੇ ਹੋ ਜਾਂ ਥੋੜ੍ਹਾ ਬਹੁਤ ਕੋਈ ਵੀ? ਨਹੀਂ ਮੁਫਤ ਆ ਬਿਲਕੁਲ। ਕਿਸੇ ਵੱਲੋਂ ਕੋਈ ਹੈਲਪ ਹੁੰਦੀ ਹੈ ਕੋਈ, ਜਿੱਦਾਂ ਮਤਲਬ ਲੋਕ ਜਿੱਦਾਂ ਮੈਂ ਹੀ ਹਾਂ, ਮੈਨੂੰ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਬੰਦਾ ਸੋਚਦਾ ਕਿ ਮੈਂ ਠੀਕ ਹੋ ਗਿਆ ਤਾਂ ਉਹਦੇ ਲਈ ਕੋਈ ਮਦਦ ਕਰਦੇ? ਹਾਂਜੀ ਮੈਮ, ਐਸੇ ਕੁਛ ਬੰਦੇ ਹੈ ਜੀ ਮੈਂ ਮਤਲਬ ਹਿੰਮਤ ਦਿੱਤੀ ਹੈ ਅਤੇ ਬਾਕੀ ਤਾਂ ਮੈਂ ਫਰੀ ਆਫ ਕੋਸਟ ਹੀ ਕਰੀਦਾ ਜੀ। ਮੈਂ ਕਿਸੇ ਨੇ ਮੰਗ ਨਹੀਂ ਕੀਤੀ ਹੈਗੀ ਵੀ ਹਾਂ ਕਰੋ, ਮੇਰੇ ਦਿਲ ਦੀ ਭਾਵਨਾ ਸੀ ਕਿ ਮੈਂ ਇਸ ਇਲਾਕੇ ਵਾਸਤੇ ਕਿਸੇ ਸ਼ਹਿਰ ਵਾਸਤੇ ਵੀ ਮੈਂ ਕੁਛ ਕਰਾਂ। ਕਿਵੇਂ ਦੀ ਜੋ ਸੰਗਤ ਹੈ, ਕਿੱਦਾਂ ਦੀਆਂ ਮੁਸ਼ਕਿਲਾਂ ਜ਼ਿਆਦਾਤਰ ਤੁਹਾਨੂੰ ਦੇਖਣ ਨੂੰ ਮਿਲਦਾ ਕਿ ਜਦੋਂ ਤੁਸੀਂ ਰੋਜ਼ ਨਿਕਲਦੇ ਹੋ, ਕਿਵੇਂ ਦੀਆਂ ਪ੍ਰੋਬਲਮ ਆ ਰਹੀਆਂ? ਬਈ ਸੰਗਤ ਆਪਾਂ ਹੁਕਮ ਵਾਲੀਦਾ ਹੈਗਾ, ਮਤਲਬ ਲੋਕ ਛੋੜਦੇ ਹੈਗੇ, ਫਿਰ ਵੀ ਆਪਾਂ ਕਿਤੇ ਨਾ ਕਿਤੇ ਵਾਸਤੇ ਜਿੱਥੋਂ ਮੈਂ ਫੋਨ ਆਇਆ ਹੁੰਦਾ ਕੋਲ ਆਈ ਹੁੰਦੀ ਹੈ, ਮੈਂ ਕਿਤੇ ਕੱਚੇ ਰਸਤੇ ਜਾਂ ਕਿਤੇ ਸੋਜਾ ਗਲੀ ਜਿਹੜੀ ਲੈ ਕੇ ਮੈਂ ਉੱਥੇ ਬਈ ਦਾ ਪਹੁੰਚ ਜਾਂਦਾ ਜੀ। ਸਵੇਰੇ ਕਿੰਨੇ ਵਜੇ ਸ਼ੁਰੂ ਹੋ ਜਾਂਦੇ ਹੋ, ਫਿਰ ਸ਼ਾਮ ਨੂੰ ਕਿੰਨੇ ਵਜੇ ਤੱਕ? ਮੈਂ ਸਵੇਰੇ 8 ਵਜੇ ਲੱਗਾ, ਸ਼ਾਮੀ 10 ਵਜੇ ਤੱਕ ਆਤੀ ਮੈਂ ਸੇਵਾ ਕਰ ਰਿਹਾ ਜੀ। ਧੰਨਵਾਦ ਜਾਣਕਾਰੀ ਦੇਣ ਲਈ। ਤੇ ਇਹ ਸਨ ਰਜਿੰਦਰ ਸਿੰਘ ਜੋ ਕਿ ਨਿਰਸਵਾਰਥ ਸੇਵਾ ਕਰ ਰਹੇ ਲੋਕਾਂ ਦੀ, ਜੋ ਅਨੰਦਪੁਰ ਸਾਹਿਬ ਮੇਲੇ ਦੇ ਵਿੱਚ ਪਹੁੰਚੇ ਹੋਏ ਨੇ। ਕੋਈ ਬਿਮਾਰੀ ਜਾਂ ਕੋਈ ਦਿੱਕਤ ਆਉਂਦੀ ਹੈ, ਕਹਿੰਦੇ ਨੇ ਕਿ ਸੇਵਾ ਕਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਮੁਸ਼ਕਿਲ ਰੋਕ ਨਹੀਂ ਸਕਦੀ। ਜਿਨ੍ਹਾਂ ਨੂੰ ਬੋਲਣ ਦੇ ਵਿੱਚ ਥੋੜ੍ਹੀ ਜਿਹੀ ਖੁਦ ਨੂੰ ਵੀ ਦਿੱਕਤ ਆ ਰਹੀ ਹੈ, ਪਰ ਲੋਕਾਂ ਦੀ ਸੇਵਾ ਦੇ ਵਿੱਚ ਵਿਚਰੇ ਹੋਏ ਨੇ, ਕੋਈ ਲਾਲਚ ਨਹੀਂ, ਕੋਈ ਕੁਛ ਨਹੀਂ, ਫ੍ਰੀ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਨੇ, ਦਵਾਈਆਂ ਵੰਡ ਰਹੇ ਨੇ। ਅਤੇ ਭਾਵੇਂ
ਪੈਸਿਆਂ ਦੇ ਪੱਖੋਂ ਵੀ ਕਹੀਏ ਤਾਂ ਮੁਸ਼ਕਲਾਂ ਹੋਣਗੀਆਂ, ਵੱਡੀ ਐਂਬੂਲੈਂਸ ਨਹੀਂ ਲੈ ਸਕਦੇ ਤਾਂ ਦੋ ਪਹੀਆ ਵਾਹਨ ਨੂੰ ਹੀ ਐਂਬੂਲੈਂਸ ਬਣਾ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ। ਕੈਮਰਾਮੈਨ ਜਤਿੰਦਰ ਦੇ ਨਾਲ ਮੈਂ ਹਰਮਨਜੀਤ ਕੌਰ, ਦੈਨਿਕ ਸਵੇਰਾ ਟੀਵੀ, ਅਨੰਦਪੁਰ ਸਾਹਿਬ।